ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਸ ਵੀਡੀਓ ਵਿੱਚ ਆਪਾਂ ਮੌਸਮ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਤੇ ਗੱਲ ਕਰਾਂਗੇ 15 ਤੇ 16 ਜਨਵਰੀ ਦੇ ਮੌਸਮ ਦੀ ਕਿ ਇਹਨਾਂ ਦੋਹਾਂ ਦਿਨਾਂ ਅੰਦਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਪਹਿਲਾਂ ਆਪਾਂ ਗੱਲ ਕਰਦੇ ਅੱਜ 15 ਜਨਵਰੀ ਦੇ ਮੌਸਮ ਦੀ ਦਾ ਅੱਜ ਸਵੇਰ ਤੋਂ ਲੈ ਕੇ ਸ਼ਾਮ ਸਮੇਂ ਤੱਕ ਪੰਜਾਬ ਦਾ ਮੌਸਮ ਬਹੁਤ ਸਾਫ਼ ਬਣਿਆ ਰਹੇਗਾ ਚੰਗੀ ਸਾਫ ਵਧੀਆ ਧੁੱਪ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੇਗੀ ਸਵੇਰ ਸਮੇਂ ਕੁਝ ਕੁ ਇਲਾਕਿਆਂ ਵਿੱਚ ਹਲਕੀ ਫੁਲਕੀ ਧੁੰਦ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ ਤੇ ਅੱਗੇ ਗੱਲ ਕਰ ਲਈਏ 16 ਜਨਵਰੀ ਦਾ ਮੌਸਮ ਦੀ ਤਾਂ 16 ਜਨਵਰੀ ਨੂੰ ਹੀ ਪੰਜਾਬ ਦਾ ਮੌਸਮ ਜਿਹੜਾ ਉਹ ਸਾਫੀ ਦੇਖਣ ਨੂੰ ਮਿਲੇਗਾ ਚੰਗਾ ਵਧੀਆ ਧੁੱਪ ਦਾ ਮਾਹੌਲ ਜਿਹੜਾ ਉਹ 16 ਜਨਵਰੀ ਨੂੰ ਵੀ ਬਣਿਆ ਰਹੇਗਾ ਤੇ ਹਵਾਵਾਂ ਦੀ ਗੱਲ ਕਰੀਏ ਤਾਂ ਇਹਨਾਂ ਦੋਹਾਂ ਦਿਨਾਂ ਅੰਦਰ ਜਿਹੜੀਆਂ ਹਵਾਵਾਂ ਨੇ ਉਹ ਉੱਤਰ ਪੱਛਮ ਦਿਸ਼ਾ ਤੋਂ ਕਾਫੀ ਤੇਜ਼ ਰਫ਼ਤਾਰ ਨਾਲ ਜਿਹੜੀਆਂ ਠੰਡੀਆਂ ਹਵਾਵਾਂ ਨੇ ਉਹ ਚਲਦੀਆਂ ਰਹਿਣਗੀਆਂ ਤਾਪਮਾਨ ਦੀ ਗੱਲ ਕਰ ਲਈਏ ਤਾਂ ਦਿਨ ਦਾ ਤਾਪਮਾਨ 15 ਤੋਂ ਲੈ ਕੇ 16 ਡਿਗਰੀ ਪਰ ਰਾਤ ਦਾ ਤਾਪਮਾਨ ਜਿਹੜਾ ਹੋ 2 ਤੋਂ ਲੈ ਕੇ 3-4 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾਵੇਗਾ